السلام علیکم جی، کی حال چال نے سارے دوستاں دے؟ ٹھیک ٹھاک ہو، خیر خیریت دے نال ہو؟ بڑے دنوں بعد بہت دوستاں دی فرمائش دے اتے ٹائم لیا راڑا منا صاحب کو، تے کچھ انہوں نے نویں گڈی بھی لئی سی، اور انہاں دی طرفوں سی کہ آؤ ذرا سیر سور کر کے آئیے۔ کل ویسے انہوں نے سیر کرتے لئی ہے، لائیو بھی ہو گیا سی، تے میں انہوں نے کہا آؤ سیر تے کر دیا، تھانوں میں اپنے بریڈر کبوتراں دا وی شوق کروانا۔ تے میرے کول بیٹھے سی، انہاں دی بڑی مہربانی، اور ٹائم ہوندا انہاں دا ذرا شہر دے وچ اپنا سیر و تفریح کرن دا، اور اپنا جڑا کوئی سگریٹ شگریٹ یہ وہ تھوڑا جہا چل کردے نے اس ٹائم۔ تے میں کہا آ جاؤ پھر، بڑا زبردست ٹائم، اور بیٹھ کے سارے دوستاں نوں شوق بھی کروانے ہیں تے گپ شپ بھی لانے ہیں۔ تے بہت سارے یوٹیوب چینل والے میرے دوست نے جڑے ساڈیاں ویڈیو چکتے نے لاندے نے، اور رانا صاحب نے بڑے انہوں دے فون نے کہ استاد جی مہربانی کرو کوئی ایک ادھا کلپ بھیج دیو، ساڈا جڑا نا وہ سلسلہ روزگار بہترین ہو جائے گا۔ تے میں کہا سر، رانا صاحب نے کیا چلو کردے ہیں، تے میں کہا بالکل، تے میرے کو بیٹھے نے بریڈنگ سیٹ اپ دے وچ، تے سارے دوست دیکھو میری آواز اور پکچر کلیئر ہے، تاکہ سارے دوست اپنی اپنی رضائیاں چ بڑے ہونے اس ٹائم، اور اج دے جڑا لائیو ہے انشاءاللہ سب نو مزہ بھی آئے گا، اور تھوڑا جہا لمبا چلاواں گے لائیو، تاکہ جڑا نا روزانہ ہی تقریباً انشاءاللہ میں ٹائم تے لیا رہنا، سب کو کوئی مصروفیت نہ نکلی انہوں دی یا میری، تے انشاءاللہ ہر روز دوسرے دن تیسرے دن 8 بجے، مطلب 9 بجے تو بعد 10 بجے تو بعد پکا ٹائم دیاں گے، اور لائیو پکی دوستاں دے نال گپ شپ لایا کران گے۔ تے سارے دوست دیکھو آواز اور پکچر ٹھیک آ رہی ہے، اور انہوں شیئر کر لو تاکہ جن دوست ودھ سکتے ہیں وہ ودھ جان۔ میرا نمبر ہے 0321-670-400-8، ਇਹ ਮੇਰਾ ਮੋਬਾਈਲ ਨੰਬਰ। ਸਾਰੇ ਮੇਰੇ ਬੜੇ ਮੁਹੱਬਤ ਵਾਲੇ ਪਿਆਰ ਵਾਲੇ ਸਾਰੇ ਦੋਸਤ ਔਨਲਾਈਨ ਵੀ ਨੇ, ਅਤੇ ਰਾਏ ਆਰਫ ਸਾਹਿਬ ਵੀ ਮਾਸ਼ਾਅੱਲਾ ਆ ਗਏ, ਔਰ ਮੇਰਾ ਖਿਆਲ 1 ਮਿੰਟ ਹੋਇਆ ਮੈਨੂੰ ਲਾਈਵ ਹੋਏ ਨੂੰ, ਅਤੇ 96 ਬੰਦੇ ਜਿਹੜੇ ਨੇ 99 ਬੰਦੇ ਮੇਰੇ ਨਾਲ ਇਸ ਟਾਈਮ ਲਾਈਵ ਆ ਵੀ ਗਏ। ਅਤੇ ਅਕਸਰ ਰਾਣਾ ਸਾਹਿਬ ਹੱਸਦੇ ਕਹਿੰਦੇ ਆ ਕਿ ਜ਼ੈਨ ਤੇਰੀ ਅਤੇ ਮੇਰੀ ਆਈਡੀ ਬਰੂਦ ਹੀ ਆ। ਰਾਣਾ ਸਾਹਿਬ ਦੇ ਵੀ 500-500 ਕਮੈਂਟਸ ਹੁੰਦਾ ਜੀ, ਅਤੇ ਅੱਲਾਹ ਤਾਲਾ ਇਹਨਾਂ ਨੂੰ ਕਾਮਯਾਬ ਕਰੇ, ਔਰ ਮਾਸ਼ਾਅੱਲਾ ਸ਼ੌਕ ਦੇ ਵਿੱਚ ਜਿੰਨੀ ਅੱਲਾਹ ਪਾਕ ਨੇ ਇਹਨਾਂ ਨੂੰ ਇੱਜ਼ਤ ਦਿੱਤੀ ਹੈ, ਔਰ ਜਿਸ ਤਰ੍ਹਾਂ ਇਹ ਨੌਲੇਜ ਵੰਡ ਰਹੇ ਹੈ, ਔਰ ਜਿੰਨੀ ਖੁੱਲ੍ਹੀ ਗੱਲ ਕਰਦੇ ਆ, ਮੈਂ ਨਹੀਂ ਸਮਝਦਾ ਕਿ ਕੋਈ ਬੰਦਾ ਇਸ ਲੈਵਲ ਨਾਲ ਗੱਲ ਕਰ ਸਕੇ। 129 ਬੰਦੇ ਮਾਸ਼ਾਅੱਲਾ ਲਾਈਵ ਨੇ ਮੇਰੇ ਨਾਲ ਇਸ ਟਾਈਮ, 138 ਹੋ ਗਏ ਅਤੇ 137 ਹੋ ਗਏ, ਤਾਂ ਸਾਰੇ ਚੱਲ ਰਹੇ। ਇੱਕ ਦਫ਼ਾ ਸਾਰੇ ਦੋਸਤ ਦੇਖ ਕੇ ਦੱਸੋ ਜੀ ਆਵਾਜ਼ ਠੀਕ ਆ ਰਹੀ ਹੈ ਸਾਰੇ ਦੋਸਤਾਂ ਕੋਲ, ਪਿਕਚਰ ਕੁਆਲਿਟੀ ਠੀਕ ਹੈ, ਫਿਰ ਸ਼ੁਰੂ ਕਰਦੇ ਹਾਂ ਗੱਪਸ਼ਪ। 140, 143 ਮਾਸ਼ਾਅੱਲਾ, 147, 150 ਮਾਸ਼ਾਅੱਲਾ ਜੀ, ਮਾਸ਼ਾਅੱਲਾ। ਅਤੇ ਦੋਸਤੋ ਅੱਜ ਤੁਹਾਨੂੰ ਆਪਣੇ ਬਰੀਡਰ ਕਬੂਤਰਾਂ ਦਾ ਸ਼ੌਕ ਕਰਾਵਾਂਗੇ, ਔਰ ਬਰੀਡਰ ਕਬੂਤਰਾਂ ਦੇ ਨਾਲ ਨਾਲ ਰਾਣਾ ਸਾਹਿਬ ਜਿਹੜਾ ਆਪਣਾ ਤੁਹਾਨੂੰ ਕੋਈ ਟਿਪਸ ਵਗੈਰਾ ਵੀ ਜਿਹੜੀਆਂ ਜਿਨ੍ਹਾਂ ਦੀ ਫਿਜੀਬਿਲਿਟੀ ਹੋਏਗੀ, ਜਿਹੜੀ ਚੀਜ਼ ਨਜ਼ਰ ਆਏਗੀ, ਇਨਸ਼ਾਅੱਲਾ ਮੈਂ ਰਿਕੁਐਸਟ ਕਰਾਂਗਾ ਕਿ ਦੋਸਤਾਂ ਦੀ ਰਹਿਨਮਾਈ ਕਰੋ, ਤਾਂ ਕਿ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਕੋਈ ਫਾਇਦਾ ਹੋ ਸਕੇ, ਤਾਂ ਕਿ ਅਗਰ ਜਿਹੜਾ ਟਾਈਮ ਸਾਨੂੰ ਦੇ ਰਹੇ ਨੇ ਉਹ ਉਹਨਾਂ ਦਾ ਜਿਹੜਾ ਟਾਈਮ ਜ਼ਾਇਆ ਨਾ ਜਾਏ। ਮਾਸ਼ਾਅੱਲਾ ਸਾਰੇ ਦੋਸਤ ਆ ਗਏ ਨੇ, ਮੀਆਂ ਆਦਿਲ ਸਾਹਿਬ ਨੇ, ਮਜ਼ਹਰ ਨਿਆਜ਼ੀ ਸਾਹਿਬ ਨੇ, ਅਜ਼ਹਰ ਨਿਆਜ਼ੀ ਸਾਹਿਬ ਨੇ ਮਾਸ਼ਾਅੱਲਾ, ਔਰ 170, 175 ਵਾਚਿੰਗ ਵੀ ਹੋ ਗਏ, ਕਿਆ ਬਾਤ ਹੈ ਜੀ, ਮਾਸ਼ਾਅੱਲਾ। ਨਿਆਜ਼ੀ ਸਾਹਿਬ ਕੀ ਹਾਲ ਨੇ, ਠੀਕ ਠਾਕ ਹੋ? ਮੀਆਂ ਵਿੱਕੀ ਸਾਹਿਬ ਨੇ ਲਾਹੌਰ ਤੋਂ, ਰਾਣਾ ਇਮਰਾਨ DHA, ਹਾਂਜੀ ਰਾਣਾ ਸਾਹਿਬ ਖਰੀਏ ਅਤੇ ਰਾਜ਼ੀ ਹੋ, ਖੁਸ਼ ਹੋ? 6 ਟੱਕੋ ਵਾਲੇ ਰਾਣਾ ਸਾਹਿਬ ਕਹਿ ਰਹੇ, 6 ਟੱਕੋ ਵਾਲੇ, 5 ਟੱਕ ਤੇ ਹੈ, 6ਵਾਂ ਕਿਹੜਾ? 6ਵਾਂ ਜੀ, ਰਾਣਾ ਸਾਹਿਬ ਕਹਿੰਦੇ 5 ਟੱਕ ਤੁਹਾਡੇ ਅਤੇ 6ਵਾਂ ਅਸੀਂ ਆ ਕੇ ਮਾਰਾਂਗੇ ਉੱਥੇ। 191 ਬੰਦੇ ਹੋ ਗਏ ਜੀ ਮਾਸ਼ਾਅੱਲਾ, ਔਰ 191, 200 ਹੋ ਜਾਏ ਤਾਂ ਫਿਰ ਸ਼ੁਰੂ ਕਰਦੇ ਹਾਂ ਆਪਣਾ ਮਾਸ਼ਾਅੱਲਾ। 195 ਹੋ ਗਏ ਲਾਈਵ ਦੇ ਵਿੱਚ। ਜ਼ੈਨ ਜੱਟ ਦੇ ਨਾਮ ਦੇ ਉੱਪਰ ਮੇਰੀ ਫੇਸਬੁੱਕ ID ਹੈ, ਸਾਰੇ ਦੋਸਤ ਯੂਟਿਊਬ ਤੋਂ ਉਹਨੂੰ ਦੇਖਦੇ ਨੇ, ਜ਼ੈਨ ਜੱਟ ਲਿਖੋਗੇ ਫੇਸਬੁੱਕ 'ਤੇ ਮੇਰੀ ਪਿਕਚਰ ਆ ਜਾਏਗੀ, ਔਰ ਕੁਛ ਲੋਕ ਕਹਿੰਦੇ ਨੇ ਸਾਡੀ ਫਰੈਂਡ ਰਿਕੁਐਸਟ ਅਸੈਪਟ ਕਰੋ, ਅਤੇ ਫਰੈਂਡ ਰਿਕੁਐਸਟ ਤਾਂ ਬਾਜਨ ਪੂਰੀ ਹੋ ਚੁੱਕੀ ਹੈ, ਜਿੱਥੇ ਤੁਸੀਂ ਰਿਕੁਐਸਟ ਭੇਜੋਗੇ ਅਤੇ ਨਾਲ ਫੋਲੋਇੰਗ ਦਾ ਆਪਸ਼ਨ ਆਉਂਦਾ, ਉਹ ਫੋਲੋਇੰਗ 'ਤੇ ਜਾ ਕੇ ਅਤੇ ਸੀ ਫਸਟ 'ਤੇ ਕਲਿੱਕ ਕਰੋਗੇ ਅਤੇ ਹਰ ਇੰਟਰਵਿਊ, ਹਰ ਲਾਈਵ ਜਿਹੜੀ ਹੈ ਉਹ ਟ੍ਰਾਂਸਮਿਸ਼ਨ ਤੁਹਾਨੂੰ ਪਹੁੰਚਦੀ ਰਹੇਗੀ, ਅਤੇ ਇਨਸ਼ਾਅੱਲਾ ਤਾਲਾ ਮਜ਼ਾ ਵੀ ਆਉਂਦਾ ਰਹੇਗਾ ਤੁਹਾਨੂੰ, ਔਰ ਜਿਹੜੀ ਦੀ ਜਿਹੜੀ ਮਤਲਬ
ਲਾਈਵ ਕਵਰੇਜ ਹੋਏਗੀ ਉਹ ਸਾਰੀ ਤੁਹਾਨੂੰ ਮਿਲਦੀ ਰਹੇਗੀ। ਅਤੇ ਮਾਸ਼ਾਅੱਲਾ 195 ਬੰਦੇ ਮੇਰੇ ਨਾਲ ਲਾਈਵ ਆ ਗਏ, ਸ਼ੇਖ ਤਾਰਕ ਸਾਹਿਬ ਨੇ 199 ਆ ਗਏ, ਜਿੱਥੇ 200 ਹੋ ਗਿਆ ਨਾਲ ਹੀ ਇਨਸ਼ਾਅੱਲਾ ਫਿਰ ਇਹਨੂੰ ਸ਼ੁਰੂ ਕਰਦੇ ਹਾਂ ਪ੍ਰੋਪਰ ਤਰੀਕੇ ਨਾਲ। ਲਓ ਜੀ 204 ਹੋ ਗਏ ਬੰਦੇ ਮਾਸ਼ਾਅੱਲਾ। ਲਓ ਸਰ ਕਰਾਉਂਦੇ ਹਾਂ ਤੁਹਾਡੀ ਮੁਲਾਕਾਤ ਕਪੂਤਰ ਪਰਵਰੀ ਦੇ ਵਿੱਚ ਇੱਕ ਐਸੀ ਸ਼ਖਸੀਅਤ ਜਿਹਨੇ ਬੇਮਿਸਾਲ ਪਰਫਾਰਮੈਂਸ ਦੇ ਨਾਲ ਆਪਣਾ ਲੋਹਾ ਮਨਵਾਇਆ। ਫੈਸਲਾਬਾਦ ਦੀ ਤਾਰੀਖ ਦੇ ਵਿੱਚ ਮਤਲਬ ਇੰਨੀ ਦਫ਼ਾ ਕਿਸੇ ਛੱਤ ਨੂੰ ਚੈਂਪੀਅਨਸ਼ਿਪ ਹਾਸਲ ਹੀ ਨਹੀਂ ਹੋ ਸਕੀ ਮੁਖਤਲਿਫ ਸੀਜ਼ਨਾਂ ਦੀ, ਜਿਸ ਤਰ੍ਹਾਂ ਕਿ ਅੱਲਾ ਪਾਕ ਨੇ ਉਹਨਾਂ ਨੂੰ ਦਿੱਤੀ। ਬੇਸ਼ੁਮਾਰ ਕਬੂਤਰ ਉਹਨਾਂ ਨੇ ਉਡਾਏ ਔਰ ਕਬੂਤਰ ਉਡਾਉਣ ਦਾ ਬਹੁਤ ਬੇਮਿਸਾਲ ਕਿਸਮ ਦਾ ਫਨ ਉਹਨਾਂ ਦੇ ਕੋਲ ਮੌਜੂਦ ਹੈ। ਔਰ ਅੱਛੇ ਪਲੇਅਰ ਨਾਲ ਗੇਮ ਖੇਲਣਾ, ਅੱਛੇ ਪਲੇਅਰ ਨਾਲ ਸ਼ੌਕ ਕਰਨਾ, ਇਹ ਉਹਨਾਂ ਦਾ ਸ਼ੁਰੂ ਤੋਂ ਵਤੀਰਾ। ਕਬੂਤਰ ਜਿਹੜੇ ਮਰਜ਼ੀ ਹੋਣ, 3 ਹੋਣ, 5 ਹੋਣ, 8 ਹੋਣ, ਉਹਨਾਂ ਦਾ ਕੰਮ ਹੈ ਕਿ ਜਿੱਤ ਕੇ ਬਹਿਣ ਔਰ ਪਰਫਾਰਮੈਂਸ ਦੇ ਵਿੱਚ ਮਤਲਬ ਅੱਗੇ ਆਉਣ, ਪਿੱਛੇ ਨਾ ਜਾਣ, ਅਤੇ ਕਿਸੇ ਤਾਰਫ ਦੇ ਮੁਹਤਾਜ ਨਹੀਂ। ਮੈਨੂੰ 10,000 ਫੋਨ ਆਉਂਦਾ ਅਤੇ ਯਕੀਨ ਕਰੋ 9,000 ਬੰਦਾ ਹੀ ਕਹਿੰਦਾ ਰਾਣਾ ਸਾਹਿਬ ਦਾ ਕੀ ਹਾਲ ਹੈ, ਮੇਰਾ ਸਲਾਮ ਕਹਿ ਦੇਣਾ। ਔਰ ਬੜੀ ਬਹੁਤ ਅੱਲਾ ਪਾਕ ਨੇ ਇਹਨਾਂ ਨੂੰ ਇੱਜ਼ਤ ਦਿੱਤੀ ਮਾਸ਼ਾਅੱਲਾ। 256 ਬੰਦੇ ਸਾਡੇ ਨਾਲ ਲਾਈਵ ਹੋ ਗਏ ਅਤੇ ਮੈਂ ਕਹਿ ਰਿਹਾ ਸੀ ਕਿ 200 ਬੰਦੇ ਹੀ ਹੋ ਜਾਏ ਤਾਂ ਵੀ ਸ਼ੁਰੂ ਕਰ ਲੈਣਾ ਸੀ। ਅਤੇ ਰਾਣਾ ਸਾਹਿਬ ਸਾਹਮਣੇ ਬੈਠੇ ਮਾਸ਼ਾਅੱਲਾ, ਔਰ ਨਾਲ ਫਰੀਦੀ ਭਾਈ ਵੀ ਬੈਠੇ ਨੇ। ਇਹ ਸਾਰਾ ਮੇਰਾ ਬਰੀਡਿੰਗ ਸੈਟਅਪ ਹੈ। ਇਹ ਦੇਖੋ ਇਹ ਵਨ ਸਾਈਡ ਦਾ, ਇੱਕ ਸਾਈਡ ਦਾ ਬਰੀਡਿੰਗ ਸੈਟਅਪ ਹੈ। ਰਾਣਾ ਸਾਹਿਬ ਅੰਦਰ ਬੈਠੇ ਹੈ। ਰਾਣਾ ਸਾਹਿਬ ਨੂੰ ਪੁੱਛਾਂਗੇ ਅਸੀਂ ਕਿ ਇਹ ਸਾਰਾ ਜਿਹੜਾ ਬਰੀਡਿੰਗ ਦਾ ਸਿਸਟਮ ਉਹਨਾਂ ਨੂੰ ਕੈਸਾ ਲੱਗਾ, ਅੰਦਰ ਦਾ ਮਾਹੌਲ, ਟੈਂਪਰੇਚਰ, ਇਹ ਉਹ ਹਰ ਚੀਜ਼ ਕੈਸੀ ਲੱਗੀ ਉਹਨਾਂ ਨੂੰ। ਇਹ ਤੇ ਅੱਜ ਕੋਈ ਵੰਡਣਾ ਪੈਣਾ, ਟਾਈਮ ਨਾ ਆ ਗਏ ਘਰ। ਸਾਰੀ ਰਾਤ ਸਵੇਰੇ 3 ਵਜੇ 4 ਵਜੇ ਜੀ। ਅਸਲਾਮ ਵਾਲੇਕੁਮ ਰਾਣਾ ਸਾਹਿਬ। ਵਾਲੇਕੁਮ ਅਸਲਾਮ, ਕੀ ਹਾਲ ਚਾਲ ਨੇ ਜਨਾਬ? ਠੀਕ ਠਾਕ ਹੋ? ਖੈਰ ਖਰੀਏ ਉਸਤਾਦ ਜੀ, ਪਹਿਲੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ। ਸ਼ੁਕਰੀਆ ਜਿਹੜੇ ਇੰਨੇ ਆਲਾ ਕਬੂਤਰ ਮੈਨੂੰ ਦਿਖਾ ਰਹੇ। ਅੱਛਾ ਜੀ, ਤੁਹਾਡੇ ਨਾਲ ਹੀ ਬੈਠ ਬੈਠ ਕੇ ਕੋਈ ਸਾਨੂੰ ਹਾਸਲ ਹੋ ਗਿਆ? ਪਹਿਲੇ ਤੇ ਬਸ ਇੰਝ ਹੀ ਸੀ, ਇਹ ਤੁਹਾਡੇ ਕਬੂਤਰ ਦੇਖੀਦੇ ਨੇ, ਉੱਡੇ ਹੋਏ ਕਬੂਤਰ ਦੇਖੀਦੇ ਆ, ਅਤੇ ਅੱਲਾ ਨੇ ਬੜਾ ਤੁਹਾਨੂੰ ਨੌਲੇਜ ਦਿੱਤਾ। ਬਹੁਤ ਸਾਰੇ ਦੋਸਤਾਂ ਕੋਲ ਅਸੀਂ ਸਿੱਖਿਆ, ਲੇਕਿਨ ਕੁਛ ਪਰਾਂ ਦੇ ਮੁਤਲਕ ਔਰ ਜਿਸਮ ਦੇ ਮੁਤਲਕ ਜੋ ਕੁਝ ਤੁਹਾਡੇ ਕੋਲ ਸਿੱਖਿਆ ਨਾ, ਉਹ ਬੇਮਿਸਾਲ ਹੀ ਹੈ। ਅਤੇ ਕਿਨੂੰ ਖਾ ਕੇ ਕੀ ਕਹਿ ਰਹੇ ਸੀਗੇ ਕਿ ਕੋਈ ਸਰਗੋਦੇ ਦਾ ਕੀ ਬੰਦਾ? ਮੈਂ ਕਿਨੂੰ ਬੜੇ ਨਸਲੀ ਖਾਧੇ ਸੀ ਜੈਨ ਕੋਲੋਂ। ਅੱਛਾ ਜੀ, ਅਤੇ ਛਿੱਲੜ ਵੀ ਉਹਨਾਂ ਦਾ ਕਾਫੀ ਬਰੀਕ ਸੀ। ਅੱਛਾ ਜੀ, ਮੈਂ ਕਿਹਾ ਯਾਰ ਕਿਸੇ ਬਹੁਤ ਅੱਛੇ ਬੰਦੇ ਨੇ ਗਿਫਟ ਕੀਤੇ ਲੱਗਦੇ ਆ, ਅਤੇ ਜੈਨ ਨੇ ਅੱਗੋਂ ਮੈਨੂੰ ਜਵਾਬ ਦਿੱਤਾ ਨਹੀਂ ਨਹੀਂ, ਮੈਂ ਕਿਹਾ ਭਾਈ ਤੇਰੇ ਕਬੂਤਰ ਵੀ ਨਸਲੀ ਤੇਰੇ ਕਿਨੂੰ ਵੀ ਨਸਲੀ ਆ। ਅੱਛਾ ਜੀ, ਚਲੋ ਸਰ। ਉਹ ਮਤਲਬ ਜੈਨ ਕਹਿੰਦਾ ਨਹੀਂ ਜੀ ਮੈਂ ਖੁਦ ਹੀ ਖਰੀਦ ਕੇ ਲਿਆ, ਅਤੇ ਮੈਂ ਕਿਹਾ ਭਾਈ ਤੁਸੀਂ ਕਬੂਤਰ ਵੀ ਖੁਦ ਹੀ ਲੈ ਲੈਂਦੇ ਹੋ ਅੱਛੇ ਇਕੱਲੇ ਇਕੱਲੇ, ਅਤੇ ਅੱਜ ਮੈਂ ਛਾਪਾ ਮਾਰਨ ਆਇਆ। ਮਾਰੋ ਜੀ, ਮਾਰੋ ਜੀ। ਮਾਸ਼ਾਅੱਲਾ ਬੜਾ ਆਲਾ ਸੈਟਅਪ ਹੈ ਇਹ, 3-4 ਫੁੱਟ 'ਤੇ ਇਹਨਾਂ ਨੇ ਜਾਫਰੀ ਲਾਈ, ਬਾਹਰ ਇਹਨਾਂ ਨੇ ਆਪਣਾ ਇਹ ਨਿਜ਼ਾਮ ਬਣਾਇਆ ਕਿ ਕਾਬਕ ਦੇ ਵਿੱਚੋਂ ਕਬੂਤਰ ਕੋਈ ਨਿਕਲ ਵੀ ਜਾਵੇ ਅਤੇ ਜ਼ਾਇਆ ਨਾ ਹੋਵੇ। ਜੀ ਬਿਲਕੁਲ। ਔਰ ਬਾਹਰ ਛਾਪਰ ਵਗੈਰਾ ਲੱਗਾ, ਔਰ ਜਿਸ ਤਰ੍ਹਾਂ ਦੀ ਸਰਦੀ ਫੈਸਲਾਬਾਦ 'ਚ ਪਈ, ਔਰ ਕਬੂਤਰ ਇਤਨੇ ਸਿਹਤਮੰਦ ਔਰ ਬੱਚੇ ਇਤਨੇ ਆਲਾ ਪਲੇ ਹੋਏ, ਅਤੇ ਮੇਰੇ ਕੋਲ ਡੱਬਾ ਮੌਜੂਦ ਨਹੀਂ ਜਿਹ 'ਚ ਮੈਂ ਪਾਉਣੇ ਹੈ ਜੀ, ਅਤੇ ਮਤਲਬ ਬਹੁਤ ਆਲਾ ਜੋੜੇ ਮੈਂ 4-5 ਦੇਖੇ ਨੇ ਹਾਲੇ ਤੱਕ ਜੀ ਇੱਥੇ ਬਹਿ ਕੇ, ਅਤੇ ਬੜੇ ਜ਼ਬਰਦਸਤ ਬਲੱਡ ਲਾਈਨ 'ਚੋਂ ਕਬੂਤਰ, ਔਰ ਬੜੇ ਜ਼ਬਰਦਸਤ ਪਰ ਕੁੰਦੇ ਦੇ ਜ਼ਹਿਰ ਨੇ ਕਬੂਤਰ ਲਾਏ ਨੇ, ਅਤੇ ਜਿਸ ਬੰਦੇ ਨੇ ਮੈਂ ਮਤਲਬ ਓਨੈਸਟਲੀ ਇਹ ਗੱਲ ਕਰ ਰਿਹਾ ਕਿ ਅੱਛੀ ਬੱਚਿਆਂ ਦੀ ਬਾਜ਼ੀ ਖੇਡਣੀ ਹੋਵੇ, ਖਾਸ ਕਰ ਮੇਰੇ ਸ਼ਹਿਰ ਦੇ ਬੰਦੇ ਜਿਹੜੇ ਉਰੇ ਪਰੇ ਭੱਜੇ ਫਿਰਦੇ ਆ ਜੀ ਜੀ, ਅਤੇ ਜ਼ਹਿਰ ਨਾਲ ਜ਼ਰੂਰ ਰਾਬਤਾ ਕਰਨ ਇਹਦੇ ਕੋਲ ਲੈਣ। ਉਸਤਾਦ ਜੀ ਮੈਂ ਤੁਹਾਡੀ ਗੱਲ ਅੱਗੇ ਵਧਾ ਦਿੰਦਾ, ਸਾਡੇ ਸਾਰੇ ਫੈਸਲਾਬਾਦ ਵਾਲੇ ਭਾਈ ਨੇ, ਯਕੀਨ ਕਰੋ ਕਿ ਸ਼ਹਿਰੋਂ ਬਾਹਰ ਦੀ ਸਾਡੇ ਕੋਲ ਸਾਰੀ ਵਰਕਿੰਗ ਫੈਸਲਾਬਾਦ ਦੇ ਵਿੱਚ, ਤਾਂ ਮੈਂ ਜਿਹੜਾ ਨਾ ਬਹੁਤ ਮਤਲਬ ਇਹ ਨੀਅਤ ਕੀਤੀ ਹੈ ਕਿ ਫੈਸਲਾਬਾਦ ਕੋਈ ਦੋਸਤ ਹੋਣ, 2-4 ਉਹਨਾਂ ਨੂੰ ਦੇ ਦੇਣੇ ਨੇ, ਲੇਕਿਨ ਕੋਸ਼ਿਸ਼ ਇਹੀ ਹੈ ਕਿ ਇਹ ਬਾਹਰ ਹੀ ਦਿਆਂ ਦੇਈਏ। ਮਕਸਦ ਮੇਰੇ ਕਹਿਣ ਦਾ ਇਹ ਹੈ ਕਿ ਦੇਖੋ ਮੇਰਾ ਸ਼ਹਿਰ, ਮੈਂ ਆਪਣੇ ਸ਼ਹਿਰ ਨੂੰ ਪਹਿਲੇ ਪ੍ਰਾਇੋਰਟੀ ਦੇਣੀ, ਉਸ ਤੋਂ ਬਾਅਦ ਕੋਈ ਵੀ ਬੰਦਾ ਅੱਛੀ ਬਾਜ਼ੀ ਖੇਲਣਾ ਚਾਹੁੰਦਾ ਹੋਵੇ ਜੀ ਜੀ, ਅਤੇ ਇਹ ਮੈਂ ਗਰੰਟੀ ਦਿੰਦਾ ਕਿ ਇਹ ਕਬੂਤਰ ਗਰੰਟੀ ਦੇ ਨਾਲ ਮਤਲਬ ਬਿਮਾਰੀ ਨਾ ਆਵੇ, ਲਗੜ ਬੈਰੀ 100 ਚੀਜ਼ਾਂ, ਅਤੇ ਇਹ ਕਬੂਤਰ ਇਹਨਾਂ 'ਚੋਂ ਬਾਜ਼ੀ ਚਾਹਣਗੇ, ਔਰ ਮਤਲਬ ਜਿਹੜੇ ਮੈਂ ਕਬੂਤਰ ਦੇਖ ਰਿਹਾ ਤੁਹਾਨੂੰ ਹੋਰ ਦਿਖਾਉਣਾ ਕਬੂਤਰ ਮੈਂ, ਬਹੁਤ ਮਜ਼ਾ ਆਏਗਾ, ਆਲਾ ਸਿਲੈਕਸ਼ਨ, ਸਿਲੈਕਟਿਡ ਕਬੂਤਰ, ਔਰ ਬਹੁਤ ਆਲਾ ਕ੍ਰੋਸ ਦੇ ਵਿੱਚ ਲੱਗੇ ਸਾਰੇ,
اور بڑی بڑی بلڈ لائن چو کبوتر ٹیڈی کمگر مطلب بہت سے دوستاں نے بڑے نام تے مطلب انشاءاللہ انہی شوق کرنا جائے ان کو بھی میرے نال کرو انشاءاللہ اندر دا ماحول ٹیمپریچر کیسا جی باہر کتنی سردی ہے اور اندر کو لگ رہی ہے بات جی سردی ہے تے مطلب میں چادر شادر بھی لئی ہے تے اندر بیٹھ کے بڑا مزہ آ رہا ہے زین صاحب دی گائے بھی بہت اچھی ہے جڑا دودھ دے ہاں جی استاد جی ذرا چاہ پیو گے نا پھر مزہ آئے گا میاں پی کے دس چاہ کیسی بنی ہے لو جی رانا صاحب کی سیوا کر رہے ہیں اللہ ہوں انہوں قبول کر لو شاید کوئی ساڈا بھی جوڑا ہے نیت نہ لا جان ساڈی بھی جڑی نا کشتی پار لگ جائے نہیں نہیں کشتی تہاڈی پار ہے اللہ دی رحمت نال اچھا جی بہت بہت دور اچھے کبوتر کتھوں مل رہے جی جی یقین کرو کہ میں آئیں بائیں شائیں کردا جی کیونکہ دی وجہ ہندی دیکھو کسی بندے دا کہہ رہے ہو کوئی دو نمبری کر لے تے ساڈے تے آنی ہے نا آ جانی ہے اپنے وچ گل ہی کوئی نہیں زین واحد او بندہ ہے جنہوں اسی مطلب جو دیکھ کے جانا جنہوں اسی وہ پیغام دیا گے اللہ دے حکم نال بندہ 100% انہوں چیز صحیح رہے گا انشاءاللہ جی ٹھیک ہے جی اور اتنے بہت بہت اعلیٰ کبوتر پے نے اور بچیاں دی بازی جی اڑ پاس والی ہوگی زین نہ رابطہ کرے جی کشتی پار نہ لگے تو ساڈے گٹ لا دینا اللہ پاک تہاڈی خیر کرے اور انشاءاللہ تعالی نیت یہی ہے استاد جی کہ جڑے دوستاں نال چلیے انہاں نوں مخلص ہو کے نال ساتھ دئیے انہاں دا یاد تے دیو نا جی جی دیو تے بہت اچھا دیو ایک میں تھانوں بچے دا آندے آ سر شوق کرایا ہاں جی تے بہت رفتار دی اور بہت کیپیسٹی پرواز دی اور واپسی دی کیا بات آ او دا شوق وی کرانے آ ذرا چاہ پی کے دسو نا کہ پٹھے ٹھیک پی رہے ہیں سر بہت اعلی جی تہاڈی چلو گوڑ والی چاہ بنوا کے تو لی جناب اعلی او اصل چاہ دا شکاری جڑا نا او پیچھے بیٹھا ہے 31 نمبر خانے دے تھلے بچے والے میلی نظر نہ تو نہیں دیکھنا آپ میرے بہت کبوتر لے گئے اچھا جی بہت بہت تگڑے کبوتر کبے نہ رل کے لے جاندا جی اتوں اچھا جی کبا اصل انہاں دا رائٹ ہینڈ ہے نا جی ساری گورنمنٹ ہی انہاں دی ہے استاد جی تسی کی تسی تے کچھ بھی نہیں ساری اسٹیبلشمنٹ تے انہاں دی شاگرد ہونا میں کہ یار تسی سمجھو کہ رانا منہ ہی گل کرن دیا تسی حکم کرو کہندا یار ایک واری پوچھ لو میں کہ جے پوچھ لیا یا کوئی وچ کی اونوں کہندے آ اوکے کر رہا یا ویریفائی کر لیا تے پھر او کدا تعلق ہے تعلق تو جتھے دوستاں دی بھراواں دی بندہ آواز دے دے کہ کوئی نہیں اللہ دی سپورٹ دیکھو جی چار پانچ سات بندیاں نال بہت اچھا تعلق بہت بہت ہوندے لیکن مطلب کسے بندے نوں نہ ہی نہیں ہوندی زندگی دے وچ جی انہاں چار پانچ بندیاں دے نام میں مینشن کرن لگا جی جی شیخ سنین آف لاہور جی جی زین جٹ رائے عارف خان جی جی استاد صفدر باجوا جی تے میری اپنی جڑی کبینہ میرے نال ہوندی ہاں جی مطلب چھ سات بندیاں دی بالکل مطلب یہ مینو جتھے جو کہہ دین اوکے ہی ہے وہ لکیر اللہ دے حکم نال اس طرح ہی جتھے جو کہہ دین بالکل ٹھیک بالکل ٹھیک باقی ہور بڑے اچھے بندے نا تعلقات آ کوئی نام مینشن نہیں کر سکیا جی جی کوئی نہیں وہ لیکن یاد ہو گیا فیصل آبادوں چودھری قمر زمان وان جی جی گل یہ کہ انہاں لوکاں نال میرے مطلب بڑے مطلب کبوتر بازی تو ہٹ کے مطلب بڑے گوڑے مطلب میرے میرا رشتہ ہی ایک بن گیا انہاں دے نال دوستاں نال بھرا بندی دے تے میں انہاں نوں کدی نہ نہیں کر سکدا کسے کام توں کوئی بھی ہووے استاد جی دیکھو تسی اسی رات دے 12 بجے لائیو ہاں ہاں جی 637 بندے سانوں لائیو دیکھ رہے ہیں وہ بڑی مہربانی انہاں دی 647 ہو گئے تے میں اگر ایک گھنٹہ رکھیا نا انج ایتھے ہی موبائل تے میں گارنٹی نہ کہہ سکدا کہ 10 تو 12000 بندہ جیڑا نا وہ ساڈے نال ہوئے گا اور جدوں لائیو اسی بند کران گے فنش کریں گے تو فنش کرن تو بعد ایک کم از کم 25-30,000 بندے نے ویڈیو دیکھی ہوئی یہ الحمدللہ اپنی ریٹنگ جا رہی اور سانو دوست بار بار ہی پوچھ رہے کہ یار کدو لائیو ہونا کدو لائیو ہونا کتنے ہو تسی کتنے ہو کی کرتے ہو یار لائیو آؤ زین میرا ٹکانا تو زین لب لینا جی میں زین کا بھی لب لیا جی آ دیکھ لو تاری جگہ پوری تمہیں دیتی ہے پوری جتنے کرسی تاری فٹ آ پچھے کر زین صاحب سلیپنگ موڈ چا تو میں آ کے زین صاحب کا بوا کھڑکایا وا میں آ گیا جی کھولو ذرا پٹاری خزانے کی
ਕਰੂਨ ਦੇ ਖਜ਼ਾਨੇ ਦੁਨੀਆਂ ਲਈ ਜਾ ਰਹੀ ਤੇ ਸਾਨੂੰ ਵੀ ਤਾਂ ਦਿਖਾਓ। ਉਸਤਾਦ ਜੀ ਤੁਸੀਂ ਸਾਡੇ ਕੋਲੋਂ ਬਦਲਾ ਲਿਆ ਜਿੱਦਾਂ ਤੁਹਾਡੇ ਨਾਲ ਹੁੰਦੀ ਆਈ ਤੁਸੀਂ ਉਹਨੀ ਕੀਤੀ ਹੈ। ਦੇਖੋ ਜੀ ਸਾਨੂੰ ਵੀ ਸ਼ਾਰਟ ਨੋਟਿਸ ਤੇ ਜ਼ਹਿਨ ਕਾਬੂ ਕਰਦਾ ਤੇ ਜੇ ਮੈਂ ਸ਼ਹਿਰੋਂ ਬਾਹਰ ਨਾ ਹੋਵਾਂ ਤੇ ਮਤਲਬ ਮੈਂ ਸ਼ਹਿਰ ਦੇ ਵਿੱਚ ਇੱਕ ਘੰਟੇ ਦੇ ਫਾਸਲੇ ਤੇ ਹੋਵਾਂਗਾ ਨਾ ਜੀ। ਇਸ ਤਰ੍ਹਾਂ ਜੇ ਮੈਂ ਜ਼ਹਿਨ ਨੂੰ ਇੱਕ ਘੰਟੇ ਦਾ ਟਾਈਮ ਦੇਵਾਂ ਤਾਂ ਮੈਂ 40 ਮਿੰਟਾਂ ਹੀ ਘਰ ਹੁੰਦਾ, ਘਰ ਹੁੰਦੇ ਘਰ ਤੇ ਫਿਰ ਜ਼ਹਿਨ ਖੁਦ ਲੇਟ ਹੋ ਜਾਂਦਾ। ਅੱਜ ਹੀ ਹੋਏ ਆ ਵੈਸੇ, ਨਹੀਂ ਨਹੀਂ ਅਕਸਰ ਹੋ ਜਾਂਦੇ ਤੁਸੀਂ। ਅੱਛਾ ਜੀ, ਹਾਂਜੀ ਤੁਹਾਨੂੰ ਕਿਤੇ ਜੋੜੇ ਦਾ ਸ਼ੌਕ ਕਰਾਈਏ ਜਿਹਦੇ ਤੁਹਾਨੂੰ ਦੇਖ ਕੇ ਮਜ਼ਾ ਆਏ। ਸੈਕਟਰੀ ਜੀ ਫੋਨ ਫੜੋ ਤੁਸੀਂ, 677 ਬੰਦਾ ਲਾਏਗਾ ਸਾਡੇ। ਅੱਲਾ ਝੂਠ ਨਾ ਬੁਲਵਾਏ ਤੇ ਮੀਆਂ ਨਜ਼ੀਰ ਬਲੱਡ ਲਾਈਨ ਬਿਲਕੁਲ ਲੈਜੈਂਡ ਉਸਤਾਦ ਔਰ ਮੇਰੇ ਹੱਥ ਚ ਆਉਂਦੇ ਜ਼ਹਿਨ ਨੇ ਨੀ ਦੱਸਿਆ, ਕਬੂਤਰ ਨੇ ਦੱਸਿਆ ਤੇ ਇਹ ਦੇਖੋ ਔਰ ਬਹੁਤ ਹੀ ਆਲਾ ਕਬੂਤਰ ਜਿਸ ਦੋਸਤ ਭਾਈ ਕੋਲੋਂ ਆਇਆ ਉਹਨੇ ਬਹੁਤ ਮੁਖਲਸਾਨਾ ਤੌਰ 'ਤੇ ਜ਼ਹਿਨ ਨੂੰ ਇਹ ਕਬੂਤਰ ਦਿੱਤਾ। ਇਹ ਦੇਖੋ ਇਹ ਦੇਖੋ ਕੁੰਡਾ, ਮਤਲਬ ਇਸ ਕੁੰਡੇ ਦੀਆਂ ਲੈਂਥਾਂ ਇਹਦੀ ਮਤਲਬ ਇਸ ਕਬੂਤਰ ਦੇ ਕੁੰਡੇ ਦੇ ਵਿੱਚ ਮਿਸਿੰਗ ਨਹੀਂ ਹੈ ਜਿੰਨਾ ਕੁ ਮੈਂ ਜਾਣਦਾ। ਮਤਲਬ ਹਰ ਬੰਦੇ ਨੂੰ ਆਪਣਾ ਆਪਣਾ ਨੌਲੇਜ, ਆਪਣਾ ਆਪਣਾ ਟੇਸਟ ਹੈ। ਇਹ ਦੇਖੋ ਇਸ ਤਰ੍ਹਾਂ ਪੰਜੇ ਬਾਰੀਕ ਖੁਸ਼ਕ ਲੱਤ, ਇਹ ਦੇਖੋ ਮਤਲਬ ਕਈ ਕਬੂਤਰਾਂ ਦੇ ਗੋਟੇ ਇੱਥੋਂ ਬੜੇ ਬੜੇ ਨਸਲੀ ਕਬੂਤਰ ਹੁੰਦੇ ਆ, ਭਾਰੇ ਹੁੰਦੇ ਇੱਥੋਂ। ਇਹ ਦੇਖੋ ਇਹ ਚੀਜ਼ ਇੱਥੋਂ ਇਹ ਇਹ ਚੀਜ਼ ਥੋੜ੍ਹੀ ਜਿਹੀ ਉਸ ਮਤਲਬ ਕਬੂਤਰ ਪਰਫਾਰਮ ਕਰੇਗਾ ਲੇਕਿਨ ਮਿਸਿੰਗ ਆਏਗੀ ਕਿਤੇ ਨਾ ਕਿਤੇ ਉਹਦੀ ਬਲੱਡ ਲਾਈਨ 'ਚ ਜਿੱਥੇ ਇਹ ਮੋਟੇ ਹੋਣਗੇ। ਹਮੇਸ਼ਾ ਇਹ ਚੀਜ਼ ਨੂੰ ਬੜਾ ਕਾਊਂਟ ਕਰਕੇ ਰੱਖਣਾ ਲੱਤ ਦੇ ਵਿੱਚ, ਮਤਲਬ ਕਲਰ ਕੋਈ ਵੀ ਹੋ ਜਾਏ ਕੋਈ ਗੱਲ ਨਹੀਂ, ਕਲਰ ਐਡਾ ਕੋਈ ਮੈਟਰ ਨਹੀਂ ਕਰਦਾ। ਆ ਕਾਲੀਆਂ ਲੱਤਾਂ 'ਤੇ ਹੈ, ਰੈੱਡ 'ਤੇ ਹੈ, ਮਤਲਬ ਮੈਂ ਫਿੱਕੀਆਂ ਲੱਤਾਂ ਵਾਲੇ ਵੀ ਕਬੂਤਰ ਬਹੁਤ ਲੰਬੇ ਉੜਦੇ ਦੇਖੇ। ਲੇਕਿਨ ਜ਼ਿਆਦਾ ਚੀਜ਼ ਮਤਲਬ ਇਹ ਦੇਖੋ ਤੁਸੀਂ ਇਹਦੀ ਲੱਤ ਦੇਖੋ, ਇਹਦੇ 'ਚ ਗੁੱਦਾ ਨਹੀਂ ਹੈ, ਬਿਲਕੁਲ ਨਹੀਂ, ਬਿਲਕੁਲ ਮਤਲਬ ਗੋਸ਼ਤ ਘੱਟ, ਮਤਲਬ ਸੁੱਕੀ ਲੱਤ ਹੈ ਇਹਦੀ। ਅਤੇ ਇਹ ਆਪਣੀ ਬਰੀਡਿੰਗ ਲਾਈਨ ਦੇ ਵਿੱਚ ਤੁਸੀਂ ਇਹਨੂੰ ਇਹ ਸਮਝ ਲਓ ਅੱਜ ਦੀ ਟੇਪੇ, ਮਤਲਬ ਮਿਸਿੰਗ ਨਹੀਂ ਆਏਗੀ ਤੁਹਾਡੇ ਕਬੂਤਰਾਂ 'ਚ। ਬੜੀ ਗੱਲ, ਮਤਲਬ ਜਿੱਥੇ ਪੰਜਾ ਚੁੱਕਣਗੇ ਉੜ ਕੇ ਬੈਠਣਗੇ, ਜਿੱਥੇ ਇਹਨਾਂ ਨੇ ਘਰੋਂ ਇੰਝ ਉੱਠ ਜਾਣਾ ਅਤੇ ਇਹਨਾਂ ਨੇ ਉੜ ਕੇ ਹੀ ਬਹਿਣਾ। ਮਕਸਦ ਇਹ ਨਹੀਂ ਘੰਟਾ ਦੋ ਘੰਟੇ ਪਰਫਾਰਮ ਕਰਕੇ ਮਤਲਬ ਮੋਹਰ ਖਾ ਕੇ ਉੱਡਣਗੇ ਕਬੂਤਰ। ਇਹ ਦੇਖੋ ਜੀ ਬਹੁਤ ਬੜੇ ਉਸਤਾਦ ਦਾ ਕਬੂਤਰ ਹੈ ਜੀ ਇਹ, ਅਤੇ ਮਤਲਬ ਸਾਡੇ ਵਰਗੇ ਬੰਦੇ ਵਾਸਤੇ ਇਹਨਾਂ ਨੂੰ ਗੱਲ ਕਰਨਾ ਵੀ ਤਾਂ ਮਤਲਬ ਕੋਈ ਗੱਲ ਨਹੀਂ ਹੈ। ਲੇਕਿਨ ਕਿਆ ਬਾਤ ਹੈ ਇਹਨਾਂ ਕਬੂਤਰਾਂ ਦੀ। ਹੈਲੋ ਜੀ 761 ਬੰਦੇ ਲਾਏ ਉੱਡਦੇ ਪਰਪੂਰੇ ਦੇ ਉੱਤੇ ਪਈ ਜਾਣੇ ਪਈ ਜਾਣੇ। ਬੱਚਾ ਪਲਿਆ ਠੀਕ ਹੈ? ਹਾਂਜੀ ਬੜੀ ਡੋਬ ਦਾ ਮਾਲਕ ਹੈ ਜੀ ਇਹ ਬੱਚਾ, ਜਿੱਥੇ ਤੱਕ ਮੈਨੂੰ ਕੁਛ ਆਉਂਦਾ। ਪਹਿਲੀ ਕਲੀ ਦੂਜੀ ਕਲੀ ਚ ਕਮੱਗਰ ਬੱਚਾ ਜੀ, ਅੱਖਾਂ ਦੇ ਵਿੱਚ ਨਾ ਨੀਲੇ ਰਿੰਗ ਨੇ ਇਹਦੇ। ਹਾਂਜੀ ਬਲੱਡ ਲਾਈਨ ਇਹ ਵੀ ਉਹੀ ਲੱਗ ਰਹੀ ਜਿਹਦਾ ਮੈਂ ਪਹਿਲੇ ਜ਼ਿਕਰ ਕੀਤਾ ਹੈ, ਬਿਲਕੁਲ। ਤੇ ਕਿਉਂਕਿ ਉਹਨਾਂ ਦੇ ਜਿਹੜੀ ਅੱਖ ਦਾ ਅੰਦਰਲਾ ਰਿੰਗ ਸੀ ਨਾ, ਉਹਨਾਂ ਦੇ ਕਮੱਗਰਾਂ ਦਾ ਜਾਂ ਕੋਈ ਵੀ ਤਸਵੀਰ ਵਾਲੇ ਕਬੂਤਰ ਜਾਂ ਮੈਂ ਜਿਹੜੇ ਵੀ ਅੱਜ ਤੱਕ ਮੇਰੇ ਨਜ਼ਰ 'ਚੋਂ ਗੁਜ਼ਰੇ ਆ, ਉਹਨਾਂ ਦੀ ਜਿਹੜੀ ਜ਼ਮੀਨ ਮਤਲਬ ਇਹਦੇ ਨਾਲ ਆਪਣੇ ਲੈਂਸ ਦੇ ਨਾਲ ਹੈ ਨਾ, ਉਹ ਮੈਂ ਜ਼ਿਆਦਾ ਨੀਲੀ ਦੇਖੀ ਹੈ। ਔਰ ਇਹ ਫਨ ਮਤਲਬ ਇਹ ਮੀਆਂ ਨਜ਼ੀਰ ਸਾਹਿਬ ਕੋਲ
ہی سی مطلب زیادہ جڑا میں دیکھیا بالکل اور بہت آلہ بچہ بہت آلہ جوڑ بہت آلہ ڈی اور نکل نکل بیٹھے گا اڑان والا ہوئے گا یہ بچہ کمال کر دے گا اچھا جی ہاں لو سر ہے ماشاء اللہ ساڈا 17 نمبر جوڑا ہے ہاں جی مون دو برا پلے نے ماشاء اللہ کی چاہیے بیٹا برتن چاہیے دے دو چکلا رس گلا جی فہیم بھائی کیا حال چال ہے آپ کے ٹھیک ٹھاک ہے خیر خیریت سے ہیں ماشاء اللہ فہیم بھائی جی گجر خان سے ہمارے بڑے محبت پیار والے دوست ہیں ہنی یار ایک منٹ ذرا ادھر تے آ ذرا لائیو چلن ڈیا تے کیمرہ ذرا تیرے ہاتھ ہوئے گا نا پھر شوق صحیح ہوئے گا رانا صاحب نو پھڑا کے وہ کمنٹس لے کے دو چار آپ ہاتھ چ پڑ کے ذرا انہوں کا شوق کرا دیں گے درما نہیں آیا آج درما ذرا فرار ہو گیا ٹائم بیگم کوڑ گیا نہیں چل رہا لائیو سر کبوتر آئے سات اٹھ دس کبوتر کرے گی کچھ بیس لائن ہوئے گی میرا خیال انہاں کو سوئی دے وچ مسے مسے تے کمگر مکس ہاں انہاں دی اکھاں دے وچ نیلے اونجی رنگ ہے جس طرح تو وہ دیکھے تسی اگے کبوتر دیکھو جی مینوں جڑا سائز پسند ہے نا عام بندہ مطلب انو کہے گا چھوٹی لیکن جڑا اے دا چہرہ موہرا اور اے دا وجود باڈی سٹرکچر اے سائز اے میرا خیال بہت ڈوب دے ہون گے کبوتر اور کندا تے دیکھو لگا ہویا ہے ہاں جی یہ میرے کو کبوتری پی ہے چڑیل جوڑا جڑا میرا نا جی وہ ماں یہ اس قسم کا کندا یہ لگا ہے اور بڑی رفتار ہے اس کبوتری چ جسم بھی ٹھیک ہے ہاں جی لاجواب لو جی دیکھو جی کرو دوستو شوق یہ بڑی واقعی صحیح گل ہے کہ کندا ہی وہ لگا جڑا تھلے رہے ہی نا نہیں رہنا ہی نہیں اور جسم ادھر ہے کہ جس طرح کاغذ پھڑیا ہاتھ دے وچ اللہ ذرا کلوز کر کے دکھائیں نہیں ایک اے رات دے دیکھو جی ٹائم اپنے کول کی ہے اور ماشاء اللہ کیمرے کا جڑا رزلٹ آ رہا وہ اکھان دیا اندر باریکیاں دیا باریکیاں بھی آ رہی ہیں ناڑا بھی آ رہی ہیں جڑیاں اکھان دے وچ تانوں میں یہ نرد کھانا تو پھر ان شاء اللہ تعالیٰ یہ بارے مکمل جڑی ہے نا وہ پوچھ دیا کہ جوڑا ٹھیک لگا ہاں جی شیخ صاحب آئے سی رانا صاحب ہاں جی کچھ نہیں بس مل کے چلے گئے ذرا ٹائم انہوں نے کوئی کمشنر صاحب کو لیا سی انہوں کا کوئی ذاتی کام سی تو مہربانی انہوں نے سانو بھی گھنٹہ دے گئے ٹائم جی بزرگ استاد کو میں بیٹھا سی انہیں کہا کہ جوڑا لائی دا ایک پریل ایک وسیر پریل دا نہیں پتا پریل
ਵਸੀਰ ਦਾ ਨਹੀਂ ਪਤਾ। ਕਿਆ ਬਾਤ ਹੈ ਜੀ, ਲੈਣ ਜੀ ਉਹ ਤੋਂ ਸੁਪੀਰੀਅਰ ਆ। ਅੱਛਾ ਜੀ, ਹਾਂਜੀ ਕਿਹੜੇ ਕਬੂਤਰ ਕਹਾਂਗੇ, ਬਸ ਕਸੂਰੀ ਨਹੀਂ, ਇਹਨਾਂ ਨੂੰ ਮਿਸੇ ਕਬੂਤਰ ਕਹੋਗੇ ਤੁਸੀਂ? ਇਹੀ ਕਬੂਤਰ ਲੱਗਦੇ ਟੈਡੀਆਂ ਦੇ ਨਾਲ ਤੇ ਅੱਗੋਂ ਲਾਲ ਪਰੀ। ਇਹਨਾਂ ਦੀ ਅੱਖਾਂ ਚ ਰਿੰਗ ਦੇਖੋ ਨਾ, ਕਿਹਦੀ ਅੱਖ, ਮਤਲਬ ਬੜੀ ਖੁੱਲੀ, ਬੜੀ ਗਰਦਨ, ਚੈਨਕ ਚੈਨਕ, ਔਰ ਜੋੜ ਬਾ ਕਮਾਲ, ਔਰ ਕੁੰਦਾ ਬਾ ਕਮਾਲ, ਕਲਰ ਬਾ ਕਮਾਲ, ਮਤਲਬ ਸਾਈਜ਼ ਸਾਈਜ਼ ਬਹੁਤ ਅੱਛਾ। ਇਹ ਲੱਤਾਂ ਦੇਖੋ ਇਹਦੇ, ਫੇਰ ਜੀ ਬਿਲਕੁਲ ਉਸ ਤਰ੍ਹਾਂ ਹੀ, ਮਾਸ਼ਾਅੱਲਾ ਬਿਲਕੁਲ। ਲਿਆਓ ਜ਼ਰਾ ਮੈਂ ਤਾਂ ਸ਼ੌਕ ਵੀ ਕਰਾਵਾਂ ਜੀ। ਬਹੁਤ ਅੱਛਾ ਕਬੂਤਰ ਲੱਗਾ ਰਵੇ ਜੋੜਾ ਜੀ, ਬਹੁਤ ਆਲਾ, ਲੇਕਿਨ ਹੈ ਇਹ ਬ੍ਰੀਡਿੰਗ ਲਈ ਆ। ਹਾਂਜੀ, ਇਹਦੀਆਂ ਅੱਖਾਂ ਦੇ ਨਹੀਂ ਹੋਣੇ, ਅੱਗਾਂ ਤੇ ਰਿੰਗ ਦੇਖੋ ਜੀ ਇਹਨਾਂ ਦੇ, ਪੂਰਾ ਕਾਲੇ ਨੂਰ ਦੇ ਬਾਅਦ, ਮਾਸ਼ਾਅੱਲਾ ਬਹੁਤ ਬੇਮਿਸਾਲ, ਮਾਸ਼ਾਅੱਲਾ, ਔਰ ਇੰਟੈਲੀਜੈਂਟ ਵੀ ਪੂਰਾ। ਦੋ ਜੋੜੇ ਦਿਖਾਉਣਾ ਜੀ ਇਹਦੇ ਨਾਲ ਦੇ ਨਾ ਸਾਹਿਬ, ਜਿਹੜੀ ਅੱਖ ਦੇ ਬਾਹਰ ਇਹਨਾਂ ਦੇ ਨੀਲਾ ਰਿੰਗ ਆ ਰਿਹਾ ਕਾਲੇ ਨੂਰ ਤੋਂ ਬਾਅਦ ਪੂਰਾ ਗੋਲ, ਉਹਦੇ ਬਾਰੇ ਕੀ ਤੁਹਾਡੇ ਖਿਆਲਾਤ ਨੇ? ਅਕਲਮੰਦੀ ਦੀ ਨਿਸ਼ਾਨੀ ਆ, ਔਰ ਇਹ ਮਤਲਬ ਕਿ ਤੁਸੀਂ ਨਸਲ ਦਰ ਨਸਲ ਇਹਨਾਂ ਨੂੰ ਚਲਾ ਸਕਦੇ ਹੋ ਬਰੀਡਿੰਗ 'ਚ, ਮੇਰੇ ਖਿਆਲ ਦੇ ਮੁਤਾਬਕ ਨਾ ਇਹਨਾਂ ਨੂੰ ਰੱਖ ਸਕਦੇ ਹੋ ਤੁਸੀਂ ਅੱਗੇ ਤੋਂ ਅੱਗੇ। ਮੈਂ ਤਾਂ ਪਹਿਲੇ ਹੀ ਦੱਸ ਕੇ ਹਟਿਆ ਜੀ। ਹਾਲੋ ਦੇਖੋ ਜੋੜ ਵੀ ਦੇਖੋ ਤੇ ਕੁੰਦਾ ਖੋਲੋ ਜੀ, ਵਾਕਈ ਇਹ ਮਿੱਸਾ ਕਬੂਤਰ ਆ, ਔਰ ਮਤਲਬ ਜਿਸ ਬੰਦੇ ਨੇ ਵੀ ਇਹ ਤਰਾਸ਼ ਖਰਾਸ਼ ਕੀਤੀ ਔਰ ਰੱਖੇ ਸੀ, ਔਰ ਇੰਨੀ ਪਿਓਰਟੀ ਦੇ ਵਿੱਚ, ਔਰ ਐਸੇ ਬਾ ਕਮਾਲ ਕੁੰਦੇ ਆ ਜੋ ਵਜੂਦ 'ਚ ਮਤਲਬ ਡੈਫੀਸ਼ੈਂਸੀ ਕਿਤੇ ਨਹੀਂ ਹੈ ਇਹਨਾਂ ਦੇ, ਭਾਵੇਂ ਇਨਬਰੀਡ ਹੋ ਕੇ ਵੀ ਆਏ ਹੋਣ ਜੀ। ਮੈਂ ਤੁਹਾਨੂੰ ਮਾਦੀ ਦਿਖਾਉਣਾ, ਤੁਸੀਂ ਲਿਆਓ ਜੀ। ਇਹਨੇ ਆਂਡਾ ਦੇਣਾ, ਪਰ ਕਬੂਤਰੀ ਦੇਖੋ ਵੇਖੋ ਅੱਖ ਰਾਤ ਨੂੰ ਕਿੱਦਾਂ ਜਗਦੀ, ਕੁੰਦੇ ਬਾ ਕਮਾਲ ਆ ਕਬੂਤਰੀਆਂ ਨੂੰ ਲੱਗੇ, ਪੂਰਾ ਸਹੀ ਲੱਗਾ ਜੋੜਾ, ਲੇਕਿਨ ਬਰੀਡਰ ਲੱਗੇ, ਬਰੀਡਰ ਲਾਈ ਬਰੀਡਰ ਨੇ, ਕਲਰ ਵੀ ਸੇਮ ਆ, ਬਲੱਡ ਵੀ ਸੇਮ ਆ ਬਰੀਡਰ। ਔਰ ਜਿੱਥੇ ਕਬੂਤਰ ਅੱਗੋ ਜਿਹਨਾਂ ਕੋਲ ਟੈਡੀ ਚੌਰੀ ਸਖੀ ਵਾਲੇ ਜਾਂ ਕੋਈ ਵੀ ਆ, ਜਿੱਥੇ ਕਬੂਤਰ ਪਹਿਣਗੇ ਜੀ, ਇਹ ਕਮਾਲ ਕਰ ਦੇਣਗੇ। ਅੱਛਾ ਜੀ, ਹਾਂ ਕਮਾਲ ਕਰ ਦੇਣਗੇ। ਮਾਦੀ ਨਾ ਬਣਾਉਣਾ ਇੱਧਰ, ਹਾਂਜੀ ਮਾਦੀ ਅੰਡਾ ਮੈਂ ਇੱਕ, ਹਾਂ ਦੇਣਾ ਹੀ ਆਇਆ ਨੇ, ਇੱਕ ਰਹਿ ਗਿਆ ਤਾਂ ਉਹ ਦੇ ਗਈ। ਲਓ ਜੀ ਅੱਜ ਇਹ ਮਾਸ਼ਾਅੱਲਾ ਸ਼ੌਕ ਕਰੋ, ਅੱਖਾਂ ਦਾ ਸਾਈਜ਼ ਦੇਖ ਲਓ, ਰਿੰਗ ਦੇਖ ਲਓ, ਜ਼ਮੀਨਾਂ ਦੇਖ ਲਓ, ਕਲਰ ਦੇਖ ਲਓ। ਉਮੀਦ ਆ ਇਨਸ਼ਾਅੱਲਾ ਤਾਲਾ ਸਾਰੇ ਦੋਸਤਾਂ ਨੂੰ ਬਰੀਡਰ ਕਬੂਤਰ ਪਸੰਦ ਆਏ ਹੋਣਗੇ ਸਾਰੇ ਮੇਰੇ। ਔਰ ਕੁੰਦੇ ਦੇਖੋ ਅੱਲਾ ਪਾਕ ਨੇ ਇਹਨਾਂ ਨੂੰ ਕੈਸੇ ਲਾਏ ਆ, ਚਮਕ ਦੇ ਪਰ ਇਹ ਸਲਾਈ ਜਿਹੜੀ ਕੀਤੀ ਹੈ।
ٹھیک ہے کبوتر بہت بڑا بریڈر جوڑا بڑے نایاب کبوتر آئے مجھ سے جی میں دکھاتا اگے تاجی اکھ دیکھی کیداں دی اور اکھ دے کالے نور تو بعد چمک کیسی میں کہنا اکھ دا سائز دیکھو مورا دیکھو ایدا نوک مورا اکھ دا سائز میرا خیال ہے کہ میں چھڈاں کوئی نہیں میرا خیال ہے کہ استاد جی پاں چھٹ کے بندہ اڑا کے بھی چیک کر لینا تے چھڑ لینا چاہیے اک ادھا پلیا کوئی ہاں جی پلیا کوئی ہاں دے تے یار ہلے شاہ صاحب والی گل اتنا کھا لے دو سال بعد بھی اتنا کھا تین سال بعد بھی اتنا کی ہے تو روہت شرما نے مارا سنجے ٹھنڈ ہی لگی جی پاگل ہو گیا پتا نہیں انہیں کوئی کھا لیا جی باہر کچھ ہے زیادہ ٹھنڈ لگ رہی باہر ٹھنڈ جے اندر نیچے روہت شرما نے لائی سن روہت شرما ہی فڑان لگا ہلو آپ ہی کہنا روہت شرما ہی ہاں جی کیسا کبوتر کلیکشن کیسی دیکھو جی گل یہ ہے یہ جس طرح بھی زین لے کے آیا یہ کمال جستجو ہے اور ایک کمال کبوتر لب کے لیا جینون میں گل کر رہا جان اللہ تعالیٰ نو دینی ہے اتنے اعلیٰ وجود جوڑ پردے کبوتر اتنے پیور کمال کبوتر اور ہے قصور برانڈ ہی کوئی قصور قصور لاہور نہیں قصور ہے اے میں دے نال کبوتری لائی ہے کہ پانچ جڑیاں نے نا پیڑیاں انہاں دے تھلے دا گیڑا نہیں جے مارنا اچھا جی ہاں جی جے تھلے دا گیڑا مار جائیں تے کبوتر بازی چھڑ دیاں نہیں اے تے نہیں مار سکدی واقعی صحیح کہہ رہے ہو روہت شرما ہی ہے جی جن اج رانا صاحب دی نیند اڑائی ہے بڑے بڑے بریڈر کبوتر ہے یار کوئی شک نہیں مسے کبوتر ہے دیکھو پر چادر چمی نظیر صاحب کی روح آئی رات میں کیوں جی کبوتری بڑی رفتار جوڑا بہت آلا بریڈر انے واہ کٹ لو جی دیکھ لو جی میں سارے دوستوں فڑاؤن تو پہلے دسی سی کہ 20 سال تھلے کا گڑا نہیں مارے تیری خیر جی پاس ہے جی جوڑا بہت ہاں جی ماشاء اللہ بہت آلا 650 بندہ سڈے نال اس ٹائم لائیو ہے ایک ادھا اور دکھا کے پھر میرے خیال بس کریے ہاں جی لاؤ سر میں کبوتر بازی کرن جا رہا ہوں نا مینو سروے پورے کبوتر بازی یہ بھی لازمی ہے نا دوست آ جی میں کہ لال اکھان دے تے تانوں دکھائے ڈیڈی بھی تانوں دکھاواں اے کردا پٹھا ہلے ہن لیس ہویا
ਤੇ ਬਹੁਤ ਉੱਡਦੇ ਤੇ ਇਸ ਲਈ ਕੱਟੇ ਤੇ ਪਿਓਰ ਉੱਡਦੇ ਆ। ਲਓ ਜੀ ਕੀ ਬਾਤ। ਮਤਲਬ ਕਯੂਮ ਸਾਹਿਬ ਨੇ ਮੇਰੇ ਦੋਸਤ ਨੇ ਯੂਕੇ ਉਹਨਾਂ ਦੇ ਘਰ ਮੈਂ ਇਸ ਕਬੂਤਰ ਦਾ ਪੱਠਾ ਭੇਜਿਆ ਸੀ। ਯਕੀਨ ਕਰੋ ਕਿ ਸੱਤਵੀਂ ਅੱਠਵੀਂ ਫਿਰ ਸ਼ਾਮ ਨੂੰ ਬਹਿੰਦਾ ਸੀ ਉਹ ਗਿੱਜਣ ਤੋਂ ਬਾਅਦ ਅੱਠਵੀਂ ਸੱਤਵੀਂ ਅੱਠਵੀਂ ਫਿਰ ਸ਼ਾਮ ਨੂੰ ਬਹਿੰਦਾ ਸੀ। ਔਨ ਰਿਕਾਰਡ ਆ ਸੁਣਦੇ ਹੋਣਗੇ ਮਤਲਬ ਕਯੂਮ ਸਾਹਿਬ ਦੀ ਸਿਆਲਕੋਟ ਵਾਲੇ ਕੈਸਾ ਦੇਖੋ ਅੱਖ ਦੇਖੋ ਬਹੁਤ ਲਾਜਵਾਬ ਸਿਲੈਕਸ਼ਨ ਬਹੁਤ ਆਲਾ ਜੀ ਜ਼ਹਿਨ ਦੀ ਅਤੇ ਮੈਂ ਅੱਗੇ ਕਬੂਤਰ ਇੱਧਰੋਂ ਦੇਖੇ ਜਿਹੜੇ ਜੋੜੇ ਲੱਗੇ ਅਤੇ ਕੁਛ ਉੱਧਰੋਂ ਦੇਖੇ ਅਤੇ ਮੈਂ ਜੈਨੂਅਨ ਇਹ ਗੱਲ ਅੱਗੇ ਕੀਤੀ ਸੀ ਕਿ ਮਤਲਬ ਬਹੁਤ ਅੱਛੇ ਕਬੂਤਰਾਂ ਦਾ ਜ਼ਖੀਰਾ ਇੱਥੇ ਮੌਜੂਦ ਹੈ। ਟੈਡੀ ਲਵਰਸ, ਮਿਸਾ ਲਵਰਸ, ਰੈੱਡ ਆਈ ਲਵਰਸ ਅਤੇ ਉਹ ਮਤਲਬ ਇੱਥੋਂ ਐਨ ਜੀ ਜੋੜਾ ਲਾ ਕੇ ਬੱਚਾ ਉੱਡਦਾ ਪਿਆ। ਹਾਂਜੀ ਇਹਦਾ ਬੱਚਾ ਥੱਲੇ ਰਹਿ ਹੀ ਨਹੀਂ ਸਕਦਾ ਉਸਤਾਦ ਜੀ, ਐਨ ਜੀ ਹੀ ਲੱਗ ਕੇ ਜੋੜਾ ਬੱਚਾ ਉਡਾ ਰਿਹਾ। ਇਹ ਕੁੰਡਾ ਜ਼ਰੂਰ ਲੋਕਾਂ ਨੂੰ ਲਹਾਣਾ ਕਿ ਇਹਦਾ ਬੱਚਾ ਥੱਲੇ ਨਹੀਂ ਰਹਿ ਸਕਦਾ ਕਬੂਤਰੀ ਦਾ। ਹਾਂਜੀ ਮਤਲਬ ਮਿਸਿੰਗ ਨਹੀਂ ਆਏਗੀ ਦੋਨਾਂ ਦਾ ਜਿਹੜਾ ਕੁੰਡਾ ਹੈ। ਇਹ ਨਰ ਦਾ ਜੇ, ਇਹ ਮਾਦੀ ਦਾ ਵੀ ਦਹਾਣਾ, ਨਰ ਦੇ 20 ਦੇ 20 ਚੰਗੇ ਆ ਜੀ। ਮਾਦੀ ਦਾ ਰਾਣਾ ਸਾਹਿਬ ਕਹਿ ਰਹੇ ਕਿ ਮਿਸਿੰਗ ਨਹੀਂ ਆਏਗੀ ਅਫੜਨਾ ਭਜਨ ਨਹੀਂ ਆਏਗੀ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਪਾਸ ਹੈ ਜੀ ਟੈਸਟਡ। ਦੇਖੋ ਮਾਦੀ ਦਾ ਕੁੰਡਾ ਨੁਮਾਨ ਭੱਟ ਸਾਹਿਬ ਨੇ, ਚੌਧਰੀ ਮੁਸਤਫਾ ਸਾਹਿਬ ਨੇ, 657 ਬੰਦੇ ਲਾਈਵ ਨੇ ਸਾਡੇ। ਕੁੰਡਾ ਲਾਜ਼ਮੀ ਵਾਚ ਕਰੋ ਕਬੂਤਰੀ ਦਾ, ਬਹੁਤ ਜ਼ਬਰਦਸਤ ਕੁੰਡੇ ਦੀ ਕਬੂਤਰੀ ਹੈ। ਅੱਖਾਂ ਕਲੋਜ਼ ਕਰੋ ਨਹੀਂ ਜ਼ਰਾ। ਅਸਲ ਟੈਡੀ ਕਬੂਤਰੀ ਹੈ ਜੌਂਸਰੀ। ਇਹ ਮੇਰਾ ਭਰਾ ਹੈ ਜੀ ਕਸੂਰ 'ਚ ਇਮਰਾਨ, ਉਹਨੇ ਲੈ ਕੇ ਦਿੱਤੀ ਹੈ ਮੇਰੇ, ਕਾਫੀ ਕਬੂਤਰ ਉਹਨੇ ਮੇਰੇ ਬਣਵਾ ਕੇ ਦਿੱਤੇ ਹੈ। ਉਹ ਬੇਲੋਸ ਦੋਸਤ ਹੈ ਆਪਣਾ। ਸਭ ਮੈਂ ਕੋਈ ਕਬੂਤਰ ਸੱਜਿਓ ਖੱਬਿਓ ਨਹੀਂ ਲਿਆ, ਸਭ ਦੇ ਸਭ ਟੋਟਲ ਜਿਹੜੇ ਨੇ ਉਹ ਨੇ। ਨੁਮਾਨ ਭਾਈ ਵਾਲੀ ਇੱਕ ਖਲੀਫਾ ਨੁਮਾਨ ਸਾਹਿਬ ਦੀ ਮੈਂ ਕਬੂਤਰੀ ਜਿਹੜੀ ਹੈ ਨਾ ਜਾਂ ਕਬੂਤਰ ਉਹਦਾ ਇੱਕ ਦਾ ਸ਼ੌਕ ਕਰਾ ਦੇਣਾ ਫਿਰ ਫਾਇਦਾ ਹੀ ਕਰਦੇ। ਇਹ ਅਲਟਸ ਹੈ ਨਾ ਬੋਸ ਆਪਣੇ 1.8 ਉਸਤਾਦ ਜੀ ਇਹ ਡੈਡੀ ਕਬੂਤਰੀ ਵੀ ਜਿਹੜੀ ਨਾ ਤੁਹਾਨੂੰ ਭੁੱਲੂਗੀ ਨਹੀਂ। ਇਹ ਦੇਖੋ ਮੈਂ ਕਬੂਤਰੀ ਫੜੀ ਅਤੇ ਦੁਮ ਮਤਲਬ ਇੰਝ ਲੱਗਦਾ ਖਿੱਚੀ ਏ। ਇਹ ਦੇਖੋ ਕਿੰਨੀ ਬਰੀਕ ਔਰ ਇੱਕ ਪਰ, ਇਸ ਤਰ੍ਹਾਂ ਬਹੁਤ ਬੜੇ ਅੱਛੇ ਉੜਨ ਵਾਲੇ ਕਬੂਤਰ ਦੀ ਨਿਸ਼ਾਨੀ ਹੈ। ਇਸ ਤਰ੍ਹਾਂ ਬੰਦ ਇਹ ਸਿੰਗਲ ਪਰ ਹੈ ਦੇਖੋ, ਮੈਂ ਕੀਤਾ ਨਹੀਂ ਸਰ ਜੀ। ਅਸਲ ਕਬੂਤਰੀ ਹੈ ਟੈਡੀ, ਅੱਜ ਕੱਲ੍ਹ ਇਹ ਕਬੂਤਰ ਨਹੀਂ ਜੇ ਲੱਭਦੇ, ਅਸਲ ਪਿਓਰ ਕਬੂਤਰੀ ਵੱਡੀ। ਔਰ ਜਿਹੜਾ ਮੈਂ ਸਾਈਜ਼ ਕਹਿੰਦਾ ਹੁੰਦਾ ਉਹੀ ਮਤਲਬ ਉੱਤੇ ਜਾਣ 'ਚ ਇਹਨਾਂ ਚਾਰ ਉਂਗਲੀਆਂ ਜੀ ਜੀ ਇੰਜ ਜੋੜ ਮਜ਼ਬੂਤ। ਔਰ ਕਿਆ ਇਹਨਾਂ ਦੀ ਇਸ ਕਬੂਤਰੀ ਦੇ ਨਾਲ ਜੀ ਨੁਮਾਨ ਭੱਟ ਸਾਹਿਬ ਸਿਆਲਕੋਟ ਸਵੀਟ ਵਾਲੇ ਉਹਨਾਂ ਦਾ ਦਿੱਤਾ ਹੋਇਆ ਨਰ ਲੱਗਾ ਹੋਇਆ, ਉਹਨਾਂ ਨੇ ਮੈਨੂੰ ਇੱਕ ਜੋੜਾ ਦਿੱਤਾ ਸੀ। ਇਹਦੀ ਟੈਡੀ ਕਬੂਤਰੀ ਕਸੂਰੋ ਹੀ ਆਈ ਹੈ। ਇਹਦਾ ਵੀ ਕੁੰਡਾ ਜ਼ਰੂਰ ਵਾਚ ਕਰਨਾ ਜੀ ਜਿੰਨੇ ਬੰਦੇ ਦੇਖ ਰਹੇ ਆ। ਔਰ ਆਹ ਦੇਖੋ ਜੀ ਇਹਦੇ ਨਾਲ ਨੁਮਾਨ ਭਾਈ ਨੇ ਮੈਨੂੰ ਅਸਲ ਕਬੂਤਰ ਗਿਫਟ ਕੀਤਾ ਮੀਆਂ ਨਜ਼ੀਰ ਸਾਹਿਬ ਵਾਲਾ, ਕੋਈ ਉਹਨਾਂ ਕੋਲ ਵੱਡਾ ਜੋੜਾ ਸੀ ਮੇਰੀ ਪਸੰਦੀਦਾ ਮੇਰੀ ਚੁਆਇਸ 'ਤੇ ਉਹਨਾਂ ਨੇ ਮੈਨੂੰ ਦਿੱਤਾ, ਦੋ ਦਿੱਤੇ ਸੀ। ਆਹ ਮੈਂ ਉਹ ਇਹਦੇ 'ਤੇ ਉਹਦੇ ਕੁੰਡੇ ਨੂੰ ਜਿਸਮ ਨੂੰ ਨਸਲ ਨੂੰ ਫੋਲੋ ਕਰਦੇ ਹੋਏ ਕ੍ਰੋਸ 'ਚ ਜੋੜਾ ਲਾਇਆ। ਦੇਖੋ ਜੀ ਜੋੜਾ ਬਹੁਤ ਬੈਲੈਂਸੇ 'ਚ ਲਾਇਆ, ਮਤਲਬ ਇਸ ਕਬੂਤਰ ਦੀ ਥੋੜ੍ਹੀ ਜਿਹੀ ਮਤਲਬ ਥੋੜ੍ਹਾ ਜਿਹਾ ਲੰਬਾਈ 'ਚ ਜਦੋਂ ਇਹ ਕਬੂਤਰੀ ਲੱਗੇਗੀ ਇਹਦੇ ਬੱਚੇ ਬੜੇ ਖਿੱਚਵੇਂ ਔਰ ਬੜੇ ਪੂਰੇ ਨਿਕਲਣ ਪੂਰੇ ਨਿਕਲਣਗੇ। ਔਰ ਬੜਾ ਬਰੀਡਰ ਕਬੂਤਰ ਹੈ ਔਰ ਬੜੀ ਪਰਵਾਜ਼ ਹੈ ਮਾਸ਼ਾਅੱਲਾ ਜੀ। ਜ਼ੈਨ ਸਾਹਿਬ ਦਾ ਕੋਈ ਜੋੜ ਨਹੀਂ ਜੀ। ਇਹ ਦੇਖੋ ਕਬੂਤਰ ਦੇਖੋ, ਤਾਂ ਮੂੰਹ ਦੇਖੋ ਜੋੜਾ ਲੱਗਾ, ਮੂੰਹ ਦੇਖੋ ਕੈਸਾ। ਲਓ ਜੀ ਇਹ ਕਬੂਤਰੀ ਦਾ ਕੁੰਦਾ, ਰਾਣਾ ਸਾਹਿਬ ਕਹਿ ਰਹੇ ਸੀ ਇਹਦਾ ਕੁੰਦਾ ਫਾਲੋ ਕਰੋ। ਇਹ ਥੱਕਦੇ ਨਹੀਂ ਕਬੂਤਰ, ਅਨਥੱਕ ਆ।
ਇਸ ਕੁੰਦੇ ਦੇ ਕਬੂਤਰ। ਲੋ ਜੀ ਇਹ ਕਬੂਤਰੀ ਟਹਿਣੀ, ਮੈਂ ਕਿਹਾ ਇੱਕ ਵੱਜ ਗਿਆ ਤੇ ਸਾਡੇ ਨਾਲ ਬੰਦੇ ਜਿਹੜੇ ਨੇ ਨਾ ਜੀ ਉਹਨੇ ਦੇ ਉਹਨੇ ਖੜੇ ਨਹੀਂ। ਲਓ ਜੀ ਇਹ ਖਲੀਫਾ ਨੁਮਾਨ ਸਾਹਿਬ ਫਰੋਮ ਸਿਆਲਕੋਟ ਸਵੀਟ ਗੁਜਰਾ ਵਾਲਾ, ਇਹ ਉਹਨਾਂ ਦੀ ਤਰਫੋਂ ਮੈਨੂੰ ਇੱਕ ਅੱਠਾ ਪੱਠੀ ਗਿਫਟ ਹੋਏ ਸੀ, ਹੁਣ ਜਵਾਨ ਹੋ ਗਏ ਮਾਸ਼ਾਅੱਲਾ, ਅਤੇ ਇਹ ਮੈਂ ਹੁਣ ਜਿਹੜੇ ਜੁੜੇ ਲਾਏ ਨੇ। ਨੁਮਾਨ ਬਾਈ ਬਹੁਤ ਬਹੁਤ ਸ਼ੁਕਰੀਆ, ਬਹੁਤ ਆਲਾ ਨਾਲ ਬਣੇ ਆ ਮਾਸ਼ਾਅੱਲਾ, ਬੜੀ ਲੈਂਥ ਔਰ ਬੇਮਿਸਾਲ ਕਿਸਮ ਦੀ ਜਿਹੜੀ ਹੈ ਨਾ ਡੁਬਾਈ ਹੈ ਇਹਦੇ ਕੋਲ। ਥੱਲੇ ਬੈਠਿਆਂ ਨੂੰ ਪਰੇਸ਼ਾਨ ਕਰ ਦੇਣ ਵਾਲਾ। ਹਾਂ ਲਓ ਜੀ ਬਿਲਕੁਲ ਠੀਕ, ਲਿਓ ਇੱਕ ਮਿੰਟ ਹੋਰ ਦਿਖਾਉਣਾ ਬਸ ਫਿਰ। ਕਿਹੜਾ ਜੀ ਜਨਰੇਟਰ, ਜਨਰੇਟਰ ਐਕਸਟਰਾ ਪਾਵਰ ਨੂੰ ਕਹਿ ਰਿਹਾ ਬੱਚੇ ਬੱਚੇ ਛੱਡੇ ਉਸਤਾਦ ਜੀ ਛੱਤ ਤੇ ਉੱਧਰ, ਮੈਂ ਬੁੜ ਜਗ੍ਹਾ ਹੀ ਨਹੀਂ ਛੱਡਣ ਨੂੰ, ਜੋੜੇ ਤੋੜਦਾ ਹੀ ਨੀ ਜ਼ਿਆਦਾ ਨਾ, 70-80, 100-125, 150, 150, 100 ਇਹ ਮੇਰੇ ਕੋਲ ਜੋੜਾ ਲੱਗਾ ਹੀ ਰਹਿੰਦਾ ਤਕਰੀਬਨ। ਅੱਛਾ ਜੀ, ਮਹੀਨੇ ਡੇਢ ਬਾਅਦ ਨਾ ਤਕਰੀਬਨ ਮਤਲਬ ਬਹੁਤ ਘੱਟ ਵੀ ਉਹਨਾਂ ਦੀ ਪ੍ਰੋਗਰੈਸ ਦੇਣ ਨਾ ਮੈਨੂੰ ਮਤਲਬ ਬਰੀਡਿੰਗ ਦੇ ਵਿੱਚ, ਤੇ ਇੱਧਰ ਉੱਧਰੋਂ ਵੜ ਵੁੜ ਕੇ 100 ਕੁ ਬੱਚਾ ਨਿਕਲ ਜਾਂਦਾ। ਅੱਛਾ ਜੀ, ਹਾਂਜੀ ਥੋੜ੍ਹਾ ਜਿਹਾ ਸਰਦੀ। ਸ਼ਾਹ ਪ੍ਰਵਾਸ ਕਿੰਨੇ ਜੋੜੇ ਲਾਏ ਆ ਤੁਸੀਂ? ਮੈਂ ਜੀ, ਹਾਂਜੀ ਮੇਰੇ ਕੋਲ ਟੋਟਲ ਸ਼ਾਹ ਪ੍ਰਵਾਸ ਜਿਹੜੇ ਆ ਨਾ ਜੀ, ਹਾਂਜੀ ਉਹ 12-13 ਹੋਣੇ। ਅੱਛਾ ਜੀ, ਹਾਂਜੀ ਵੱਡੇ ਵੱਡੇ ਕਬੂਤਰ ਮਤਲਬ ਫਰਾਂਸੀਏ ਸ਼ਾਹਪੁਰਵਾਸ ਸਾਰੇ ਪਾ ਕੇ। ਤੇ ਸ਼ਾਹਪੁਰਵਾਸਾਂ ਨੂੰ ਅੱਜ ਕੱਲ ਕਿਹਨਾਂ ਨਾਲ ਲਗਾ ਰਹੇ ਹੋ, ਕ੍ਰਾਸ ਕੀ ਦੇ ਰਹੇ ਹੋ ਅੱਜ ਕੱਲ? ਮੈਂ ਲਾਲ ਬੁਲੀਆਂ ਵਾਲਿਆਂ ਚ। ਅੱਛਾ ਜੀ, ਹਾਂਜੀ ਠੀਕ ਹੋ ਗਏ। ਦੋਸਤ ਆ ਜੀ ਮੈਂ ਤੁਹਾਨੂੰ ਕਬੂਤਰ ਦਿਖਾਉਣ ਲੱਗਾ, ਤੇ ਲਾਲ ਬੁਲੀਆਂ ਵਾਲੇ ਕੁੰਦਿਆਂ ਦੀ ਜਿੰਨੀ ਲੈਂਥ ਆ ਨਾ ਉਹਨੂੰ ਫਾਲੋ ਕਰਦੇ ਹੋਏ ਆਇਆ ਕਬੂਤਰ ਨੂੰ ਅੱਗੇ ਲਿਆ ਰਹੇ, ਦੇਖੋ ਸਹੀ ਜਾ ਰਹੇ। ਹਾਂਜੀ ਤੇ ਬਹੁਤ ਲਾਜਵਾਬ ਇਹਦੇ ਬੱਚੇ ਕਾਲੇ ਨਿਕਲਦੇ ਦੇਖਣ ਨਾ ਦਿਲ ਕਰਾ। ਕਮੱਗਰ ਕਬੂਤਰ, ਹਾਂਜੀ ਬਹੁਤ ਆਲਾ ਕਬੂਤਰ ਜੀ ਫੇਰ ਆਇਆ। ਮੈਂ ਇਸੇ ਤੋਂ ਪਹਿਲੇ ਇੱਕ ਗੱਲ ਕਹਿ ਕੇ ਹਟਿਆ ਸੀ ਬੱਚਿਆਂ ਦੀ ਬਾਜੀ ਚੈਲੇਂਜ ਕਿਸੇ ਨਾਲ ਲੱਗੀ ਹੋਵੇ ਤੇ ਬੱਚੇ ਜ਼ੈਨ ਇਹਨਾਂ ਜੋੜਿਆਂ ਦੇ ਦੇਵੇ ਤੇ ਮੇਰਾ ਨਹੀਂ ਖਿਆਲ ਬੰਦਾ ਰਹੇਗਾ ਆਪਣੇ ਹੱਥੋਂ ਰਹੇਗਾ, ਕਬੂਤਰ ਨਹੀਂ ਹਰਨਾ ਵੀ ਮੈਂ 20 ਸਾਲ ਥੱਲੇ ਦਾ ਗੇੜਾ ਨਹੀਂ ਹੈਗਾ ਇਹਦੇ ਕੋਲ। ਹਾਂਜੀ ਕੁੰਦਾ ਉਧਰ ਲਾ ਖੋਲੋ, ਇਧਰ ਲਪਾਰਾ ਆ ਰਿਹਾ, ਐ ਲਓ ਦੇਖੋ ਇਹਦੀ ਨੌਵੀਂ ਕਿੱਥੇ ਜਾ ਰਹੀ। ਸਾਡੇ ਉਸਤਾਦ ਨੇ ਜੀ ਰਾਓ ਕਾਸ਼ਿਫ ਸਾਹਿਬ ਉਹ ਕਹਿੰਦੇ ਆ ਗੁੱਡ, ਇਸ ਕਬੂਤਰ ਨੂੰ 3 ਗੁੱਡ ਲੱਗੇ ਹੋਏ ਆ। ਆਹ ਦਿਖਾਓ ਹਨੀ ਭਾਈ, ਸਰ ਇਹ ਕਬੂਤਰ ਦੇਖਿਆ ਰਾਣਾ ਸਾਹਿਬ ਨੇ ਔਰ ਮੈਂ ਦੱਸਿਆ ਕਿ ਇਹਦੀ ਲੈਂਥ ਜਿਹੜੀ ਨਾ ਲਾਲ ਬੋਲੀਆਂ ਕਬੂਤਰਾਂ ਨੂੰ ਸਾਹਮਣੇ ਰੱਖ ਕੇ ਕੀਤੀ, ਲੈਂਥ ਤੋਂ ਬਗੈਰ ਕਬੂਤਰ ਹੀ ਨਹੀਂ ਹੁੰਦਾ। ਆਹ ਦੇਖੋ ਮਾਸ਼ਾਅੱਲਾ, ਔਰ ਅੱਖਾਂ ਦੇ ਕਲਰ ਦੇਖੋ, ਅੱਖਾਂ ਦੇ ਜ਼ਰਾ ਨਹੀਂ ਕਲੋਜ਼ ਕਰਿਓ। ਲਓ ਜੀ ਇੱਦਾਂ ਦਾ ਵੀ ਜੰਗ ਜਿਹਨੂੰ ਲੱਗਾ ਹੋਵੇ ਤਾਂ ਕਬੂਤਰ 3 ਨਸਲਾਂ ਬੱਚਾ ਉਡਾਉਂਦਾ ਜੇ। ਨਹੀਂ ਨਹੀਂ ਬੜਾ ਪਿਓਰ ਕਬੂਤਰ, ਮਾਦੀ ਵੀ ਤਾਂ ਦਿਖਾਉਂਦੇ ਹੋ ਮਾਦੀ ਉਹਨਾਂ ਕੋਲ, ਮਾਦੀ ਦੇ ਪਰ ਨਹੀਂ ਅੱਛੇ ਆਏ ਨਾ। ਹਾਂਜੀ ਵੱਡੀ ਕਬੂਤਰੀ ਹੈ ਤੇ ਕਾਬੂ ਪੁਰਾਣੀ ਲੱਗਦੀ, ਪੁਰਾਣੀ ਤੇ ਕਾਬੂ ਚ ਕੜ ਕੜ ਕੇ ਬੱਚੇ ਦੀ ਜਿਹੜੀ ਹੈ ਨਾ ਬਸ ਹੋ ਗਈ। ਤੇ ਜਿਹਦੇ ਕੋਲ ਮੈਂ ਲਈ ਸੀ ਉਹਨੇ ਕਿਹਾ ਸੀ ਕਿ ਇਹ 14 ਸਖੀ ਪੱਟੀ ਦੇ 10 ਨੰਬਰ ਕਬੂਤਰ ਆ। ਅੱਛਾ, ਔਰ ਵਾਕਈ ਬੜੇ ਨੇ ਲੰਮੇ ਬੱਚੇ ਉਡਾਏ। ਇਹ ਦਿਖਾਓ ਜ਼ਰਾ ਕਲੋਜ਼ ਕਰਕੇ, ਇਹ 10 ਨੰਬਰ ਕਬੂਤਰੀ ਸੀ ਦੇਖ ਰਹੇ।
استاد جی ساڈا دل نہ رکھیو تے کبوتر کوئی گل اینو کہندے بیک تھرو پیور انا بیک تھرو کر دی تا کہ اپنی بیک تھرو پوری کر لے نہیں کر لے جندے ہیں کراچی دا بڑا زبردست ٹور سی یار یار مزیدار سی تھلے میں پڑھنے بہت اوکھے گھومتے آنڈے تھلے ایک بچہ کدے تھلے دو بچے کدے تھلے آنڈے بھی آ بچے بھی سارا رپورٹ زبانی یہ پنڈو لے کے آئے ادا آنے بند ہو گئے سلیکشن بہت آلہ وا تسی ایک ایک کبوتر مطلب بہت پرکھ کے جان کے لے کے آئے ہو کبوتر نا محنت بھی تہاڈی بہت ہے ڈب والی کبوتری لگی اور مزہ آ جاتا جی جدو انہاں دے بچے پلدے ہیں نا مطلب دوجے عام کبوتراں نالوں ڈائریکشن دے وچ ہور جگہ تے باہر جی بالکل لو سر ماشاء اللہ 580 بندے ہلے بھی سٹل ساڈے نال کھڑے تے سارے دوستاں دا بے حد مشکور ہاں اور اسپیشلی رانا صاحب دا جڑے اپنا ٹائم کڈیا اور تشریف لے آئے تے رانا صاحب کوئی ہن پھر ساڈا پکی کرو لائیو کہ دوسرے دن تیسرے دن سانو ٹائم دیو ایتھے انشاءاللہ دوسرے تیسرے دن تسی بھجنا جی میں تے آ جانا ہاں بس نہیں اسی نہیں بھجدے مینوں رات نوں کوئی بندہ چاہیدا ہوندا 11 12 بجے تو بعد 1:30-2 بجے تک اچھا جی ہاں جی ٹھیک ہو گیا ماشاءاللہ چلو سر بڑی مہربانی بہت بہت دوستاں دا بہت شکریہ اللہ حافظ